ਕਿੱਥੋਂ ਫੜਿਆ ਗਿਆ ਜੀ ਜਿਹੜਾ ਘੁਸਪੈਠੀ ਦੀ ਇਹ ਆਪਣੇ ਜੀ ਭਾਰਤ ਪਾਕ ਸੀਮਾ 'ਤੇ ਸਾਦਕੀ ਚੌਂਕੀ ਹੈ ਜੀ BSF ਦੀ ਅਤੇ ਉੱਥੋਂ ਇਹ ਪਾਕਿਸਤਾਨ ਦੀ ਤਰਫੋਂ 0 ਲਾਈਨ ਕ੍ਰੋਸ ਕਰਕੇ ਅਤੇ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ ਅਤੇ BSF ਦੇ ਕਮਾਂਡਰ ਦਸਤਾਰ ਗੁਰਪ੍ਰੀਤ ਸਿੰਘ ਜੀ 181 ਬਟਾਲੀਅਨ ਦੇ ਉਹਨਾਂ ਸਮੇਤ ਆਪਦੀ ਪੁਲਿਸ ਆਪਣੀ ਪਾਰਟੀ ਦੇ ਕਾਬੂ ਕਰਕੇ ਪੁੱਛ ਦੱਸ ਕਰਕੇ ਅਤੇ ਜਿਹੜਾ ਰਿਟਨ ਐਪਲੀਕੇਸ਼ਨ ਇੱਥੇ ਥਾਣੇ ਸਦਰ ਦੇ ਗਏ ਸੀ 14 ਤਰੀਕ ਨੂੰ ਅਤੇ ਉਹਦੇ ਬੇਸ 'ਤੇ ਇਹਦੇ ਖਿਲਾਫ਼ ਜਿਹੜਾ ਮੁਕੱਦਮਾ ਨੰਬਰ 172 ਦਰਜ ਕਰਕੇ ਅਤੇ ਤਫਤੀਸ਼ ਕਰ ਰਹੇ ਹਾਂ। ਕਿੰਨੀ ਉਮਰ ਹੈ, ਕਿੱਥੋਂ ਦਾ ਰਹਿਣ ਵਾਲਾ ਜੀ? ਇਹ 24 ਸਾਲ ਦੀ ਉਮਰ ਹੈ ਜੀ, ਸਾਜਿਦ ਅਲੀ ਦਾ ਨਾਂ ਹੈ ਅਤੇ ਮੁਮਤਾਜ਼ ਬਾਦ ਗਲੀ ਨੰਬਰ 10 ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦਾ ਰਹਿਣ ਵਾਲਾ। ਵੈਸੇ ਤਾਂ ਕਹਿੰਦਾ ਮਤਲਬ ਝੰਡੇ ਦੀ ਰਸਮ ਵੇਖਣ ਆਇਆ ਸੀਗਾ ਅਤੇ ਗਲਤੀ ਨਾਲ ਕ੍ਰੋਸ ਕਰ ਗਿਆ, ਪਤਾ ਨਹੀਂ ਲੱਗਿਆ ਹੱਦ ਦਾ। ਅਤੇ ਬਾਕੀ ਦਾ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਅਤੇ ਇਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ। ਜੇ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਕੁਛ ਬਰਾਮਦ ਵੀ ਆਏ? ਬਰਾਮਦ ਦੇ ਕੋਲ ਕੋਈ ਇਲੀਗਲੀ ਵਸਤੂ ਤਾਂ ਨਹੀਂ ਕੋਈ ਬਰਾਮਦ ਹੋਈ। ਇਹਦੇ ਪਾਕਿਸਤਾਨੀ ਕਰੰਸੀ ਦਾ 1,040 ਰੁਪਏ ਆ, ਇੱਕ ਇਹਦੇ ਆਧਾਰ ਕਾਰਡ ਹੈ, ਆਈ ਕਾਰਡ, ਅਤੇ ਬੱਸ ਦੀ ਟਿਕਟ ਹੈ 140 ਰੁਪਏ ਦੀ, ਅਤੇ 4 ਚਾਬੀਆਂ ਆਮ ਜਿਹੜੇ ਘਰਾਂ 'ਚ ਜਾਂਦੇ ਹੁੰਦੇ, ਇਹੋ ਕੁਛ ਬਰਾਮਦ ਹੋਇਆ। ਤੁਹਾਡੀ ਮੁੱਢਲੀ ਪੁੱਛਗਿੱਛ ਦੌਰਾਨ ਹਾਲ ਦੀ ਘੜੀ ਦੇ ਕੋਈ ਇਹੋ ਜਿਹੀ ਕੋਈ ਗੱਲ ਕੁਤਰਾਜਯੋਗ ਨਹੀਂ ਸਾਹਮਣੇ ਆਈ ਅਤੇ ਬਾਕੀ ਹੈ ਥੋੜ੍ਹਾ ਜਿਹਾ ਚੁਸਤ ਚਲਾਕ ਲੱਗਦਾ, ਇਸੇ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਇਹਦਾ ਅਤੇ ਕੋਸ਼ਿਸ਼ ਕਰਦੇ ਹਾਂ ਪੁੱਛਦਾ ਸਖਤੀ ਨਾਲ ਕਰਕੇ, ਜੇ ਕੋਈ ਹੋਰ ਵੀ ਗੱਲ ਕੋਈ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ।